floating through the air. The pain I felt is paid for, all is said and done. Oh, I am restricted, fixed upon the web. I need to kick the habit that my mind is breathing in. Break out, I've got to see. Spent all my life holding all of it closely. I played it innocent, a feel of discontent. I'm finally facing it all, fearless. व्हाट्सएप से की हाल चाल है अपन मॉडिफाइड क्लब तो यार से ताड़े अलगे अपन लेके आए एक नवी चीज़ मैं ते सदम भाई आ गया ते यार ऐसे भी तुझे देख साल जगह यार सबसे पहली चीज़ तंग खाना ब्रांड मर्सिडीज़ था ते रूपी भाई नाल है जो कि खिलाड़ी ने यार इस चीज़ ते यार उस तो पहले फटाफट चैनल नू कर दे यार सब्सक्राइब ते एहो जिया होर मैं जा वीडियो वेख ली ते यार करना पड़ता है सही गल है बिल्कुल लाइक शेयर ते सब्सक्राइब बहुत जरूरी है जी बिल्कुल ते ठंड बहुत ज़्यादा हो चुकी है फटाफट अपना सानू ना बाद में शूट करते फिर अंदर का तुम दिखाने के की है ते भाई यार तू मॉडल केड़ा कंप्लीटली रूबी भाई ने जो एनू मॉडिफिकेशन दिती है आप मतलब सोच भी नहीं सकते है कि वाकई च है वही गड्डी है जबरदस्त लॉक कर दी गई है ਤੇ ਪੂਰੀ ਗੱਡੀ ਸਾਊਂਡ ਪ੍ਰੂਫ ਹੈ ਡੈਂਪ ਡੈਂਪ ਹੈ ਹਨਾ ਬਿਲਕੁਲ ਜੀ ਫੁੱਲ ਗੱਡੀ ਡੈਂਪ ਹੈ ਤੇ ਇਹ ਚੀਜ਼ ਤੋਂ ਇਸ ਕਰਕੇ ਤੁਹਾਨੂੰ ਦਿਖਾਈ ਹੈ ਤੁਸੀਂ ਐ ਨਾ ਸੋਚੋ ਕਿ ਇੱਥੋਂ ਦੀ ਪੂਰੀ ਅੰਦਰ ਦਿਖ ਰਹੀ ਹੈ ਖਾਲੀ ਨਾ ਇਹ ਜਿੰਨਾ ਪਿੱਛੋਂ ਦੀ ਤੁਹਾਨੂੰ ਜਿੰਨਾ ਤਾਮਝਾਮ ਲੱਗਾ ਮਿਲਦਾ ਵੈ ਨਾ ਅੰਦਰ ਉਸ ਤੋਂ ਹੀ ਵੱਡਾ ਬੰਬ ਹੈ ਕਿਉਂਕਿ ਤੁਸੀਂ ਟ੍ਰੇਲਰ ਵੇਖ ਚੁੱਕੇ ਹੈਗੇ ਹੋ ਆਹ ਤੁਹਾਨੂੰ ਅੰਦਰ ਹੀ ਦਿਖਾਉਂਦੇ ਹਾਂ ਬਿਲਕੁਲ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਅੰਦਰ ਲੈ ਜਾਣ ਤੋਂ ਪਹਿਲਾਂ ਨਾ ਇਹਦਾ ਡੈਸ਼ਬੋਰਡ ਦਿਖਾਉਂਦੇ ਹਾਂ ਅੰਦਰ ਹਨਾ ਭਾਈ ਬਿਲਕੁਲ ਠੀਕ ਹੈ ਦੇਖ ਸਕਦੇ ਹੈਗੇ ਯਾਰ ਇਹਦੇ ਵਿੱਚ ਡੈਸ਼ਬੋਰਡ ਇੰਨਾ ਮਤਲਬ ਨਾ ਅੰਦਰ ਦਾ ਕੈਬਿਨ ਅਗਲਾ ਕੈਬਿਨ ਇੰਨਾ ਕੋਡੂ ਬਣਾਇਆ ਗਿਆ ਤੇ ਪਿਛਲੇ ਚ ਤਾਂ ਤੁਸੀਂ ਸੋਚ ਨਹੀਂ ਸਕਦੇ ਕੀ ਕੀਤਾ ਹੈਗਾ ਯਾਰ ਪਿਛਲਾ ਤੁਹਾਨੂੰ ਦਿਖਾਉਂਦੇ ਹਾਂ ਗਾਇਜ਼ ਯਾਰ ਹੁਣ ਆਪਾਂ ਨਾ ਰੋਲ ਕੇ ਤੁਹਾਨੂੰ ਇਹੋ ਜਿਹੀ ਚੀਜ਼ ਦਿਖਾਉਣ ਵਾਲੇ ਆ ਤੇ ਬਹੁਤ ਜ਼ਬਰਦਸਤ ਚੀਜ਼ ਆ ਮਜ਼ਾ ਆ ਗਿਆ ਸਰ ਖੋਲਿਓ ਭਾਈ ਆ ਤੇ ਗਾਇਜ਼ ਇਸ ਨੂੰ ਵੇਖ ਸਕਦੇ ਹੋ ਤੇ ਵਿੱਚ ਸਾਡੇ ਹਰਵਨ ਭਾਈ ਪਹੁੰਚ ਚੁੱਕੇ ਨੇ ਪਹਿਲੇ ਹੀ ਤੇ ਯਾਰ ਮੈਂ ਅੰਦਰ ਬੈਠ ਕੇ ਗੱਡੀ ਦਾ ਆਨੰਦ ਲੈ ਰਹੇ ਹਾਂਗਾ ਤੇ ਤੁਸੀਂ ਆਓ ਤੁਹਾਨੂੰ ਇੰਟੀਰੀਅਰ ਦਿਖਾਉਂਦੇ ਹਾਂਗੇ ਜੋ ਕਿ ਬਹੁਤ ਜ਼ਿਆਦਾ ਬੰਬ ਹੈਗਾ ਵੇ ਤੁਸੀਂ ਆਪਣੇ ਆਪ ਦੇਖ ਸਕਦੇ ਹੈਗੇ ਹੋ ਤੇ ਆਓ ਅਜੇ ਫੀਚਰਸ ਵੀ ਤੁਹਾਨੂੰ ਦਿਖਾਉਂਦੇ ਹੈਗੇ ਤੇ ਗਾਇਜ਼ ਇਹ ਚ ਮੂਨ ਰੂਫ ਲੱਗੀ ਹੋਈ ਹੈ ਤੇ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਨਾ ਬਾਹਰ ਇੰਟੀਰੀਅਰ ਤੋਂ ਚਾਲੂ ਕਰਨਾ ਇੱਕ ਇੱਕ ਕਰਕੇ ਤੇ ਅੰਦਰ ਹਰਨ ਭਾਈ ਤੁਸੀਂ 2 ਮਿੰਟ ਇੰਜੋਏ ਕਰੋ ਤੇ ਹਰਨ ਭਾਈ ਤੁਸੀਂ ਇੰਜੋਏ ਲਓ ਠੀਕ ਹੈ ਤੇ ਇਧਰ ਰੂਬੀ ਭਾਈ ਆਪਾਂ ਮਿਲ ਕੇ ਆਪਾਂ ਦੱਸਦੇ ਹਾਂ ਸਭ ਤੋਂ ਪਹਿਲਾਂ ਗੇਟ ਖੋਲਦੇ ਸਰ ਸਾਨੂੰ ਕੀ ਇਹ ਚ ਮਿਲਦਾ ਇਹਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਐਂਬੀਅੰਸ ਲਾਈਟ ਮਿਲਦੀ ਹੈ ਥੱਲੇ ਜਿਹੜੀ ਵੈਲਕਮ ਲਾਈਟ ਆਪਾਂ ਕਹਿ ਸਕਦੇ ਹਾਂ ਜਦੋਂ ਡੋਰ ਓਪਨ ਹੋਏਗਾ ਉਦੋਂ ਚੱਲਿਆ ਕਰੇਗਾ ਉਹਦੇ ਚੱਲਿਆ ਕਰੇਗਾ ਹਾਂਜੀ ਜਦੋਂ ਬੰਦ ਕਰ ਦਿਓਗੇ ਇਹਦਾ ਮਤਲਬ ਬੰਦ ਹੋ ਜਾਏਗੀ ਹਾਂਜੀ ਤੇ प्रॉपर वर्किंग है हर चीज देख सकते हो थलो दी हुण ते गाइस ए सीगी सीट दी वर्किंग ते इस तो बाद इहदे विच फीचर्स जिहड़े स्पेशल इहनू टैन ते ब्लैक कलर च डिजाइन किया गया ते सारा कुछ ना सारी ओ कीती है इहनू साउंड प्रूफ है गड्डी उस तो बाद इहदे विच मून लूफ किया है ते सामने तुहानू लाइटां दिखदी पई है बाकी आपां अंदर चल के दस दे हरमन भाई जिहड़ा कॉल ते बिजी हो चुके है ते दो इत्थे स्क्रीनां लगियां ओह वी सोनी दियां ते ओह वर्किंग हुंदियां है अपने अपने पैनल तों ਤੇ ਗਾਇਜ਼ ਮਤਲਬ ਇੱਧਰ ਦੇ ਬੰਦੇ ਬਹਿ ਕੇ ਉੱਧਰ ਵੀ ਵੇਖ ਸਕਦੇ ਆ ਉੱਧਰ ਦੇ ਬੰਦੇ ਬਹਿ ਕੇ ਇੱਧਰ ਵੀ ਵੇਖ ਸਕਦੇ ਆ ਤੇ ਫੁੱਲ 에ਅਰ ਕੰਡੀਸ਼ਨ ਬਿਲਕੁਲ
ਹੀਟਰ ਸਮੇਤ ਹੀਟਰ ਦੀ ਆਪਸ਼ਨ ਅਜੇ ਨਹੀਂ ਹੈਗੀ ਐਕਚੁਅਲ ਚ ਕੀ ਹੈ ਕਿ ਸਾਨੂੰ ਉਹਦੀ ਕੋਇਲਾ ਲਗਾਉਣ ਵਾਸਤੇ ਥੋੜੀ ਜਗ੍ਹਾ ਦੀ ਪ੍ਰੋਬਲਮ ਹੋਰ ਚਾਹੀਦੀ ਹੁੰਦੀ ਹੈ ਤੇ ਗਾਇਸ ਇਹ ਚੀਜ਼ ਹੈਗੀ ਅਗਰ ਤੁਹਾਨੂੰ ਕਿਸੇ ਨੇ ਅਗਰ ਲਗਾਉਣਾ ਚਾਹੇ ਤਾਂ ਆਪਾਂ ਲਗਾ ਵੀ ਸਕਦੇ ਹਾਂ ਬਟ ਅਸੀਂ ਆਪਸ਼ਨਲੀ ਕਹਿ ਦਿੱਤਾ ਕਿ ਤੁਸੀਂ ਇੱਕ ਆਪਣਾ ਛੋਟਾ ਹੀਟਰ ਅੰਦਰ ਚਲਾ ਸਕਦੇ ਇਲੈਕਟ੍ਰੋਨਿਕ ਠੀਕ ਆ ਤੇ ਗਾਇਸ ਉਹ ਚੀਜ਼ ਤੁਸੀਂ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਨੂੰ ਇਹ ਵਿੱਚ ਦਿਖਦਾ ਪਿਆ ਪ੍ਰੋਪਰ ਵੁਡਨ ਟੱਚ ਦਿੱਤਾ ਗਿਆ ਸਿਲਵਰ ਪਲੱਸ ਵੁਡਨ ਮਤਲਬ ਰੋਇਲ ਲੁੱਕ ਹੋ ਲਈ ਹੈ ਨਾ ਤੇ ਗਾਇਸ ਇਹ ਸੀਗਾ ਤੇ ਇਹਦੇ ਵਿੱਚ ਬੜੇ ਸਾਰੇ ਫੀਚਰਸ ਹੋਰ ਵੀ ਨੇ ਆਪਾਂ ਅੰਦਰ ਚੱਲਦੇ ਤੇ ਨਾਲੇ ਤੁਹਾਨੂੰ ਦਿਖਾਉਂਦੇ ਹਾਂ ਭਾਈ ਸਾਡੇ ਨਾਲ ਇੰਜੋਏ ਲੈ ਰਹੇ ਨੇ ਤੁਸੀਂ ਦੇਖ ਸਕਦੇ ਹੋ ਜਿਹੜਾ ਸਭ ਤੋਂ ਪਹਿਲਾਂ ਭਾਈ ਨੇ ਪਿੱਛੇ ਪਲੱਗ ਦੱਸਿਆ ਹੈਗਾ ਉਹ ਹੀਟਰ ਚਲਾਉਣ ਲਈ ਆ ਕੁਝ ਵੀ ਤੁਸੀਂ ਹੋਰ ਕਰ ਸਕਦੇ ਇੱਧਰ ਵੀ ਹੈਗਾ ਇੱਧਰ ਵੀ ਦਿੱਤਾ ਮੋਬਾਈਲ ਚਾਰਜਿੰਗ ਲਈ ਵੀ ਕਰੋ ਉਦਾਂ ਤੇ ਇਹਦੇ ਵੀ ਤੁਹਾਨੂੰ ਇੱਕ ਐਂਡਰੋਇਡ ਪਲੇਅਰ ਇੱਧਰ ਇੱਕ ਐਂਡਰੋਇਡ ਪਲੇਅਰ ਰੂਬੀ ਭਾਈ ਤੁਹਾਡੇ ਵੱਲ ਹੈ ਤੇ ਉੱਤੋਂ ਦੀ ਸਾਨੂੰ ਜਿਹੜਾ ਦਿਖਦਾ ਐਂਡਰੋਇਡ ਪਲੇਅਰ ਇੱਧਰ ਹੈਗਾ ਤੇ ਇੱਕ ਐਂਡਰੋਇਡ ਪਲੇਅਰ ਉਸ ਪਾਸੇ ਹੈਗਾ ਤੇ ਉਸ ਦੇ ਨਾਲ ਜਿਹੜਾ ਏਵਲੀ ਸਕਰੀਨ ਹੈ ਸਾਹਮਣੇ ਚੱਲਦੀ ਆ ਉਸ ਇੱਧਰ ਚੱਲਦੀ ਆ ਬਿਲਕੁਲ ਜੀ ਤੇ ਪ੍ਰੋਪਰ ਸੇਫਟੀ ਨੂੰ ਧਿਆਨ ਰੱਖਦੇ ਹਰ ਚੀਜ਼ ਦਾ ਕੰਮ ਕੀਤਾ ਤੁਹਾਡੇ ਸਾਹਮਣੇ ਤੁਸੀਂ ਵੇਖ ਸਕਦੇ ਹੋ ਛੱਤ ਤੋਂ ਲੈ ਕੇ ਸਾਰਾ ਕੁਝ ਇੱਕ ਤੇ ਇੱਕ ਹਾਈ ਕੁਆਲਿਟੀ ਦੀ ਡੈਂਸਿਟੀ ਦੀ ਫੋਮ ਬਿਲਕੁਲ ਭਾਜੀ ਸਭ ਤੋਂ ਇੱਕ ਮੈਂ ਚੀਜ਼ ਕਹੂੰਗਾ ਕਿ ਇਸ ਗੱਡੀ 'ਚ ਤੁਸੀਂ ਜੋ ਵੀ ਦੇਖ ਰਹੇ ਆ ਨਾ ਇੱਕ ਕੱਲੀ ਇੰਨੀ ਜੀ ਵੀ ਚੀਜ਼ ਉਹ ਵੀ ਸਾਰੀ ਬਣਾ ਕੇ ਲਗਾਈ ਹੋਈ ਹੈ ਕਸਟਮ ਕੀਤੀ ਗਈ ਹੈ ਮੈਂ ਤੁਹਾਨੂੰ ਇਹ ਗੱਡੀ ਦਾ ਕੁਝ ਵੀ ਬਾਹਰ ਨਹੀਂ ਮਿਲਣਾ ਹਾਂਜੀ ਤੇ ਗਾਇਸ ਇਹਦੇ ਵਿੱਚ ਇਹ ਹੋ ਗਿਆ ਉਸ ਤੋਂ ਬਾਅਦ ਤੁਹਾਨੂੰ ਇੱਕ ਚੀਜ਼ ਮੈਂ ਦਿਖਾ ਸਕਦਾ ਕਿ ਇਹਦੇ ਵਿੱਚ ਨਾ ਲਾਈਟਾਂ ਦੇ ਕਲਰ ਚੇਂਜ ਹੁੰਦੇ ਨੇ ਦੇਖ ਸਕਦੇ ਹੋ ਤੁਸੀਂ ਦੂਜੀ ਬੰਦ ਕਰ ਸਕਦੇ ਆ ਆਪਾਂ ਡੋਰ ਬੰਦ ਕਰ ਲਾਂਗੇ ਹਾਂਜੀ ਇਹ ਹੋ ਚੁੱਕਾ ਹੈ ਡੋਰ ਬੰਦ ਬਾਹਰ ਦੀ ਨੋਇਜ਼ ਹੋ ਗਈ ਅੰਦਰ ਬੰਦ ਬਿਲਕੁਲ ਦੀ ਬਿਲਕੁਲ ਤੇ ਤੁਸੀਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹਦੀ ਲਾਈਟਿੰਗ ਇੱਕ ਹੋਰ ਦਿਖਾਣਾ ਤੇ ਇੱਥੇ ਤੁਸੀਂ ਵੇਖ ਸਕਦੇ ਹੋ ਇਹ ਲਾਈਟ ਮੈਂ ਆਨ ਕੀਤੀਆਂ ਤੇ ਸਾਈਡ ਤੇ ਡੋਰ ਗਲਾਸ ਜਿਹੜੇ ਆਪਣੇ ਕੱਪ ਹੋਲਡਰਸ ਆਉਂਦੇ ਨੇ ਫੋਨ ਸਟੈਂਡ ਟਾਈਪ ਵੀ ਭਾਈ ਨੇ ਉੱਚ ਦਿੱਤਾ ਹੈਗਾ ਤੇ ਉਹ ਸਭ ਤੁਸੀਂ ਵੇਖ ਸਕਦੇ ਹੋ ਉਦੋਂ ਵਿੱਚ ਲਾਈਟਾਂ ਥੱਲੇ ਲਾਈਟਾਂ ਆ ਗਈਆਂ ਇਹ ਪੋਰਸ਼ਨ ਤੇ ਵੀ ਲਾਈਟਾਂ ਆ ਚੁੱਕੀਆਂ ਤੇ ਇਹ ਲਾਈਟ ਕਰ ਦਿੰਦੇ ਆਪਾਂ ਬੰਦ ਤੇ ਇਹ ਲਾਈਟ ਇਹ ਵੇਖ ਸਕਦੇ ਹੋ ਹਰ ਚੀਜ਼ ਦਾ ਆਪਸ਼ਨ ਦਿੱਤਾ ਭਾਈ ਨੇ ਕਿ ਕਿੰਨੀ ਕੁ ਤੁਹਾਨੂੰ ਚਾਹੀਦੀ ਹੈ ਡਿਮ ਚਾਹੀਦੀ ਹੈ ਡਿਮ ਕਰ ਸਕਦੇ ਹੈਗੇ ਹੋ ਡਾਰਕ ਚਾਹੀਦੀ ਹੈ ਡਾਰਕ ਕਰ ਸਕਦੇ ਹੈਗੇ ਹੋ ਤੇ ਇਹਨੂੰ ਆਪਾਂ ਬਿਲਕੁਲ ਹੀ ਬੰਦ ਕਰ ਦਿੰਦੇ ਆ ਤੇ ਐਵਲੀ ਲਾਈਟਸ ਵੀ ਇੱਕ ਹੋਰ ਲਾਈਟਸ ਆਪਸ਼ਨ ਹੈਗਾ ਇਹ ਚੀਜ਼ ਤੁਸੀਂ ਵੇਖ ਸਕਦੇ ਕਿੱਥੇ ਲਾਈਟ ਜਲੀਆਂ ਇਹਨਾਂ ਦੇ ਵਿੱਚ ਤੇ ਗਾਇਜ਼ ਇਹ ਪ੍ਰੋਪਰ ਇੱਕ ਫੰਕਸ਼ਨ ਦਿੱਤਾ ਗਿਆ ਇਹਨੂੰ ਵੀ ਤੁਸੀਂ ਜਿੰਨਾ ਮਰਜ਼ੀ ਡਿਮ ਜਿੰਨਾ ਮਰਜ਼ੀ ਡਾਰਕ ਕਰ ਸਕਦੇ ਹੋ ਇਹਨੂੰ ਆਪਾਂ ਥੋੜਾ ਜਿਹਾ ਡਿਮ ਰੱਖਦੇ ਹਾਂ ਕਿ ਤੁਹਾਨੂੰ ਸਮਝ ਆਏਗੀ ਕਿੱਥੇ ਚੱਲਦੀ ਪਈ ਹੈ ਤੇ ਉਸ ਤੋਂ ਬਾਅਦ ਇਹ ਕਲਰ 'ਚ ਤੁਸੀਂ ਵੇਖ ਸਕਦੇ ਹੋ ਜਿਹੜੀ ਮਰਜ਼ੀ ਤੁਸੀਂ ਲਾਈਟ ਦਾ ਕਲਰ ਇਹਦਾ ਸੈੱਟ ਕਰ ਸਕਦੇ ਹੋ ਹਰਾ ਗਾਣਾ ਜਿਹੜਾ ਮਰਜ਼ੀ ਕਰ ਲਓ ਸਾਰਿਆਂ ਤੇ ਚੇਂਜ ਹੋਏਗਾ ਸਾਰਿਆਂ ਤੇ ਕੱਪ ਹੋਲਡਰਸ ਤੇ ਵੀ ਜਾ ਕੇ ਚੇਂਜ ਹੋਏਗਾ ਤੇ ਮੇਰੇ ਕੋਲ ਵੀ ਕੱਪ ਹੋਲਡਰਸ ਲੱਗੇ ਆ ਹਰ ਸੀਟ ਤੇ ਕੱਪ ਹੋਲਡਰਸ ਦੀ ਫੈਸਿਲਿਟੀ ਪੂਰੀ ਦਿੱਤੀ ਗਈ ਆ ਤੇ ਸਾਰੀ ਸੀਟਾਂ ਸੈਟੇਬਲ ਹੈ ਤੁਸੀਂ ਵੇਖ ਸਕਦੇ ਹੋ ਕਿ ਢੋ ਜਿੰਨੀ ਮਰਜ਼ੀ ਮਤਲਬ ਜਿੰਨੀ ਮਰਜ਼ੀ ਤੁਸੀਂ ਜਿਸ ਹਿਸਾਬ ਨਾਲ ਆਪਣੇ ਹਿਸਾਬ ਨਾਲ ਬੈਠਣਾ ਤੁਸੀਂ ਉਨੀ ਲਟਾ ਗੱਡੀ ਜਿੱਦਾਂ ਮਰਜ਼ੀ ਕਰ ਸਕਦੇ ਹੋ ਏਸੀ ਆਪਸ਼ਨ ਤੁਹਾਨੂੰ ਇੱਥੋਂ ਦਿਖਦੇ ਪਏ ਆਪਣੇ ਕੋਲ ਆ ਦੋ ਏਸੀ ਨੇ ਭਾਜੀ ਇੱਕ ਪਿੱਛੇ ਚੱਲਦਾ ਆ ਰਿਹਾ ਉੱਤੇ ਗਾਇਸ ਤੇ ਉਸ ਤੋਂ ਬਾਅਦ ਇੱਕ ਹੋ ਰਿਹਾ ਸਭ ਤੋਂ ਵਧੀਆ ਚੀਜ਼ ਮੈਨੂੰ ਲੱਗੀ ਇਹਦਾ ਜਿਹੜਾ ਮੂਨ ਰੂਫ ਹੈ ਇੱਕ ਨਾ ਨਜ਼ਾਰਾ ਹੀ ਕੁਝ ਅਲੱਗ ਆ ਰਿਹਾ ਹਨਾ ਹਰਮਨ ਭਾਈ ਆ ਤੁਸੀਂ ਕੁਝ ਬੋਲਦੇ ਨਹੀਂ ਬਹੁਤ ਵਧੀਆ ਇਹ ਤੁਸੀਂ ਬੋਲਣ ਦਾ ਮੌਕਾ ਨਹੀਂ ਦੇ ਰਹੇ ਹੈਗੇ ਮੈਂ ਐਕਚੁਅਲ ਚ ਨਾ ਇਹਦੇ ਫੀਚਰਸ ਪਹਿਲੀ ਵਾਰੀ ਦੇਖ ਰਿਹਾ ਹੈਗਾ ਵਾ ਤੇ ਮੈਂ ਮਤਲਬ ਨਾ ਉਹਦੇ ਚ ਹੀ ਬਿਜ਼ੀ ਹੈਗਾ ਡੁੱਬੇ ਹੋਏਗਾ ਕਿ ਭਾਜੀ ਨੇ ਮਤਲਬ ਕਮਾਲ ਕਰਤੀ ਹੈਗੀ ਹੈ ਮੈਂ ਹੈਰਾਨੀ ਵਾਲੀ ਗੱਲ ਹੈਗੀ ਹੈ ਕਿ ਭਾਜੀ ਦੇ ਵਿੱਚ ਇੰਨਾ ਹਿਡਨ ਟੈਲੈਂਟ ਹੈ ਤੇ ਸਾਨੂੰ ਮਤਲਬ ਪਤਾ ਵੀ ਨਹੀਂ ਬਹੁਤ ਹੈਨਾ ਉਹ ਹੀਰਾ ਲੱਭ ਕੇ ਲਿਆਂਦਾ ਹੈ ਜੀਤ ਵੀਰ ਜੀ ਤੇ ਯਾਰ ਇਹ ਸੀਗਾ ਤੁਹਾਡੇ ਕੋਲ ਕਿਉਂਕਿ ਰੂਬੀ ਭਾਈ ਵੱਲੋਂ ਹਰ ਵਾਰੀ ਤੁਹਾਨੂੰ ਆਪਾਂ ਯੂਨੀਕ ਚੀਜ਼ ਦਿਖਾਈਏ ਜਿਹੜਾ ਬੰਬ ਆਪਾਂ ਕਹਿੰਦੇ ਸੀ ਨਾ ਉਹ ਬੰਬ ਥੋੜਾ ਜਿਹਾ ਡਿਲੇ ਹੋ ਗਿਆ ਲੇਕਿਨ ਯਾਰ ਇਹ ਚੀਜ਼ ਸੱਚੀ ਵਿੱਚ ਇੱਕ ਨੰਬਰ ਤਿਆਰ ਹੋਈ ਹੈਗੀ ਹੈ ਤੇ ਆਪਾਂ ਐਵੀ ਲਾਈਟ ਕਰਦੇ ਆ ਬੰਦ ਤੁਸੀਂ ਵੇਖ ਸਕਦੇ ਹੋ ਪ੍ਰੋਪਰ ਬੰਦ ਹੈ ਜਦੋਂ ਬੰਦ ਕਰੀਦੇ ਪ੍ਰੋਪਰ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਮੇਨ ਐਪ ਆ ਫ੍ਰਿਜਰ ਦਾ ਲਗਾਇਆ ਮੀਟਰ ਤੇ ਗਾਇਸ ਇੱਥੇ ਤੁਸੀਂ ਵੇਖ ਸਕਦੇ ਹੋ ਫ੍ਰਿਜਰ ਦਾ ਮੀਟਰ ਹੈ ਤੇ ਆਮ ਰੈਸਟ ਹੈਗਾ ਅੱਛਾ ਇੱਥੋਂ ਆਨ ਹੋ ਜਾਏਗਾ ਤੇ ਗਾਇਸ ਇੱਥੋਂ ਦੀ ਕੱਟ ਆਊਟ ਇੱਕ ਲੱਗਾ ਹੋਇਆ ਜੀ ਠੀਕ ਹੈ ਵੱਖਰਾ ਆ ਰਿਹਾ ਠੀਕ ਹੈ ਤੁਸੀਂ ਕਰ ਦਿਓ ਉਸ ਤੋਂ ਬਾਅਦ ਤੁਹਾਡੇ ਟੈਲੀਵਿਜ਼ਨ ਇਹ ਤੁਸੀਂ ਆਨ ਕੀਤਾ ਤੇ ਇੱਥੇ ਡੀਪ ਫ੍ਰੀਜ਼ਰ ਹੈਗਾ ਤੁਸੀਂ ਵੇਖ ਸਕਦੇ ਹੋ ਹਨਾ ਬਾਈ ਤੇ -40 ਤੱਕ ਜਾਂਦਾ ਭਾਵੇਂ ਇੱਥੇ ਤੁਸੀਂ ਬਰਫ਼ ਜਮਾ ਲਓ ਹੈ ਯਾ ਗਾਇਸ ਤੁਸੀਂ ਇੰਜੋਏ ਲੈ ਸਕਦੇ ਜਿੱਦਾਂ ਦੀ ਗੱਡੀ ਵੈਸੇ ਮੌਸਮ ਹੈਗੀ ਹਰਮਨ ਭਾਈ ਬਿਲਕੁਲ ਸਮਝ ਰਹੇ ਹੋ ਨਾ ਮੈਂ ਸਮਝ ਰਿਹਾ ਬੋਲ ਨਹੀਂ ਸਪੈਸ਼ਲ ਆ ਹਾਂਜੀ ਉਸ ਮੌਕੇ ਲਈ ਖੋਟ ਹੈ ਤੇ ਉਹ ਤੇ ਭਾਈ ਯਾਰ ਮੈਨੂੰ ਵੀ ਪਤਾ ਲੇਕਿਨ ਆਪਾਂ ਰਾਹ ਥੱਲੇ ਰੱਖਿਆ ਤੁਹਾਡੇ ਸਾਹਮਣੇ ਤੇ ਉਹ ਵੀ ਤੁਹਾਨੂੰ ਦਿਖਾਈ ਦਿੰਦੇ ਆ ਹੁਣ ਭਾਈ ਨੇ ਬੋਲਤਾ ਤੇ ਮੈਂ ਬੋਲਾਂਗਾ ਭਾਈ ਆਪਣੇ ਵੱਲੋਂ ਕੱਢਣ ਮੈਂ ਆਪਣੇ ਵੱਲੋਂ ਕੱਢਦਾ ਤੇ ਗਾਇਸ ਤੁਹਾਡੇ ਸਾਹਮਣੇ ਇੱਕ ਬੰਬ ਨਿਕਲਣ ਲੱਗ ਗਿਆ ਹੈਗੀ ਆ ਹਰਮਨ ਭਾਜੀ ਦੇ ਮੂੰਹ 'ਚ ਆਹਾ ਆਹਾ ਕੀ ਆਇਆ ਭਾਜੀ ਬਾਹਰ ਭਾਈ ਕੀ ਆ ਰਿਹਾ ਸਟੈਂਡ ਕਿਸ ਚੀਜ਼ ਦਾ ਸਟੈਂਡ ਹੈ ਡਿਸਪੈਂਸਰ ਤੁਸੀਂ ਦੇਖ ਸਕਦੇ ਹੋ ਥੱਲੇ ਟੂਟੀਆਂ ਲੱਗੀਆਂ ਹੋਈਆਂ ਤੇ ਇਹਦੇ ਵਿੱਚ ਹੁਣ ਆਪਾਂ ਰੱਖਾਂਗੇ ਗਲਾਸ ਤੇ ਦਬਾਵਾਂਗੇ ਬਟਨ ਅੱਛਾ ਇਹ 'ਚ ਪਾਣੀ ਇਹ 'ਚ ਪਾਣੀ ਹਲੇ ਹੈ ਨਹੀਂ ਇਹ 'ਚ ਪਾਉਂਦੇ ਹਾਂ ਗਾਇਸ ਤੁਸੀਂ ਵੇਖ ਸਕਦੇ ਹੋ
ਨਾਲੇ ਗਲਾਸ ਵੀ ਤੁਸੀਂ ਦੇਖ ਸਕਦੇ ਹੋ ਸੋਚ ਨੀ ਸਕਦਾ ਸੀ ਭਾਈ ਕਿ ਆਪਣੇ ਆਮ ਰੈਸਟ ਤੋਂ ਆਪਾਂ ਇਹ ਚੀਜ਼ ਵੀ ਬਾਹਰ ਕੱਢ ਪਾਈਏ ਇਹਦੇ ਅੰਦਰ ਟੈਂਕੀਆਂ ਠੀਕ ਆ ਸ਼ੈਂਪੀਅਨ ਵਾਲਾ ਟਾਈਪ ਦਾ ਹਨਾ ਜਿਵੇਂ ਪੁਰਾਣੇ ਸੰਦੂਕ ਨਹੀਂ ਭਾਈ ਇਹ ਪੁਰਾਣੇ ਸੰਦੂਕ ਰਾਜਿਆਂ ਵਾਲਾ ਹਨਾ ਕਿ ਏਦਾਂ ਚੱਕਿਆ ਤੇ ਪਵਾਇਆ ਪ੍ਰੋਡਕਟ ਹੋਰ ਆਪਾਂ ਦਿਖਾਣੇ ਆਗੇ ਤੁਹਾਨੂੰ ਜਿਹੜਾ ਸਾਨੂੰ ਬਹੁਤ ਅੱਛਾ ਲੱਗਾ ਤੁਸੀਂ ਵੇਖ ਸਕਦੇ ਰੂਬੀ ਭਾਈ ਉਧਰ ਦਾ ਆਉਂਦਾ ਕਰਦੇ ਪਏ ਆਪਾਂ ਭੁੱਲ ਗਏ ਜਿਹੜੀ ਆਪਾਂ ਆਰਜੀਬੀ ਲਾਈਟਸ ਚਲਾਉਂਦੇ ਇਹਦੇ ਅੰਦਰ ਵੀ ਦਿੱਤੀਆਂ ਗਈਆਂ ਯਾਰ ਫਿਰ ਤੇ ਖੋਲੋ ਵਾਪਸ ਚੱਕੋ ਵਾਪਸ ਹਰਮਨ ਭਾਈ ਤੁਸੀਂ ਚੱਕੋ ਗਾਈਸ ਸਾਨੂੰ ਇੱਕ ਇੱਕ ਚੀਜ਼ ਦਾ ਫੀਚਰ ਦਿਖਾਵਾਂਗੇ ਹਰਮਨ ਭਾਈ ਦਾ ਫੋਨ ਬਹੁਤ ਵੱਜਦਾ ਹੈਗਾ ਯਾਰ ਤੁਸੀਂ ਵੀਡੀਓ ਵੇਖਦੇ ਆ ਅੰਦਰ ਹਰਮਨ ਭਾਈ ਦੀ ਤੇ ਹਰਮਨ ਭਾਈ ਸਾਡੇ ਵਿਊਅਰਸ ਪਿਆਰ ਦੇ ਰਹੇ ਨੇ ਬਹੁਤ ਬਹੁਤ ਜ਼ਿਆਦਾ ਦੇਖ ਸਕਦੇ ਹੋ ਗਾਈਸ ਯਾਰ ਹਰਮਨ ਭਾਜੀ ਮੈਂ ਤਾਂ ਕਹਿ ਰਿਹਾ ਏਦਾਂ ਚੱਲ ਰਿਹਾ ਹੋਵੇ ਸਾਹਮਣੇ ਆਰਾਮ ਨਾਲ ਮੂਵੀ ਸ਼ੂਵੀ ਚੱਲ ਰਿਹਾ ਲੌਂਗ ਟ੍ਰਿਪ ਮੈਂ ਨਿਕਲੇ ਹੋਈ ਚੱਲਾਂਗੇ ਕਦੀ ਘੁੰਮਣ ਚੱਲਾਂਗੇ ਤੇ ਉਦੋਂ ਜਦੋਂ ਆਪਾਂ ਆਪਣਾ ਵਲੌਗ ਸ਼ੁਰੂ ਕਰਾਂਗੇ ਤਾਂ ਉਹਦੇ ਵਿੱਚ ਤੁਹਾਨੂੰ ਇਹ ਚੀਜ਼ਾਂ ਹੀ ਦੇਖਣਗੀਆਂ ਤੇ ਗਾਈਸ ਤੁਸੀਂ ਵੇਖ ਸਕਦੇ ਸਾਹਮਣੇ ਭਾਈ ਨੇ ਰੂਬੀ ਭਾਈ ਨੇ ਟੀਵੀ ਔਨ ਕਰਤਾ ਹੈਗਾ ਹੁਣ ਏਦਾਂ ਦਾ ਸਮਾਨ ਤੁਹਾਨੂੰ ਉੱਤੇ ਸਾਹਮਣੇ ਵੇਖਣ ਨੂੰ ਮਿਲਣ ਵਾਲਾ ਤੁਸੀਂ ਵੇਖ ਸਕਦੇ ਆਰਾਮ ਨਾਲ ਤੇ ਹੁਣ ਆਪਾਂ ਨਾ ਤੁਹਾਨੂੰ ਇੱਕ ਚੀਜ਼ ਵਿੱਚ ਮਿਊਜ਼ਿਕ ਸਿਸਟਮ 'ਚ ਬਿਲਕੁਲ ਤੇ ਇਹਨੂੰ ਮੈਂ ਅੰਦਰ ਕਰ ਦਿੰਦਾ ਭਾਈ ਇਹਨੂੰ ਥੱਲੇ ਕਰੋ ਬਿਲਕੁਲ ਕਿਉਂਕਿ ਮੇਰਾ ਮੂਡ ਗਿਆ ਜਾ ਰਿਹਾ ਵਿਗੜ ਉਹ ਤਾਂ ਜੇਮਸਨ ਦਾ ਗਲਾਸ ਹੈ ਭਾਈ ਮਾਈਂਡ ਨਾ ਕਰਿਓ ਕਿਉਂਕਿ ਫੁੱਲ ਮੂਡ ਵਾਲਾ ਬਣ ਚੁੱਕਾ ਤੇ ਏਸੀ ਆਪਾਂ ਇਹਦਾ ਫਰਿੱਜਰ ਔਨ ਕੀਤਾ ਸੀਗਾ ਤੇ ਫਰਿੱਜਰ ਠੰਡਾ ਹੋ ਚੁੱਕਾ ਹੈ ਤੇ ਚਾਲੂ ਹੋ ਚੁੱਕਾ ਥੋੜ੍ਹੀ ਦੇਰ 'ਚ ਤੁਹਾਨੂੰ ਇਹ 'ਚ ਬਰਫ਼ ਦਿਖਣੀ ਚਾਲੂ ਹੋ ਜਾਏਗੀ ਸਾਈਡ 'ਤੇ ਅਤੇ ਉਸ ਤੋਂ ਇਲਾਵਾ ਅਤੇ ਭਾਅ ਜੀ ਇਹਦੇ ਵਿੱਚ ਸਾਊਂਡ 'ਚ ਕੀ ਅਪਡੇਟ ਕੀਤਾ ਇੱਥੇ ਭਾਅ ਜੀ ਸਾਊਂਡ 'ਚ ਅਸੀਂ ਟੋਟਲੀ ਰੌਕਫੋਰਡ ਦਾ ਸੈਟਅਪ ਲਾਇਆ ਹੋਇਆ ਜੀ ਟੋਟਲੀ ਹਾਂ ਜੀ ਦੋ ਬੂਫਰ ਲੱਗੇ ਨੇ ਦੋ ਬੂਫਰ ਵੀ ਇਹ 'ਚ ਲੱਗੇ ਨੇ ਹਾਂ ਜੀ ਹਾਂ ਜੀ ਉਹ ਵੀ ਤੁਸੀਂ ਲੱਭ ਨਹੀਂ ਸਕੋਗੇ ਬਹੁਤ ਹੀ ਹਿਡਨ ਪਲੇਸ ਤੇ ਲੱਗੇ ਤੇ ਗਾਇਸ ਤੁਸੀਂ ਵੇਖ ਸਕਦੇ ਦੋ ਬੂਫਰ ਲੱਗੇ ਨੇ ਤੁਸੀਂ ਦੇਖ ਰਹੇ ਹੋ ਪਿੱਟ ਕਿੱਥੇ ਕਿੱਥੇ ਨੇ ਐਵੇਂ ਸੀਟਾਂ ਅੱਗੇ ਵਿੱਚ ਹੁੰਦੀਆਂ ਵਿੱਚ ਇੰਨਾ ਸਮਾਨ ਪਿਆ ਵਿੱਚ ਇੰਨੀ ਸਪੇਸ ਹੈਗੀ ਆਰਾਮ ਨਾਲ ਬੰਦਾ ਸਾਹਮਣੇ ਲੇਟ ਕੇ ਜਾਏਗੇ ਚਾਰੋਂ ਚਾਰੋਂ ਬੰਦੇ ਤੇ ਪਿੱਟ ਕਿੱਥੇ ਕੀਤੇ ਨੇ ਰੂਬੀ ਭਾਈ ਨੂੰ ਤੇ ਇੱਥੇ ਸੀਟਾਂ ਦੇਖ ਸਕਦੇ ਹੋ ਤੁਸੀਂ ਕਿੰਨੀ ਸਪੇਸ ਆ ਆਰਾਮ ਨਾਲ ਦੋ ਬੰਦੇ ਘੁੰਮ ਵੀ ਗਏ ਨੇ ਤੇ ਭਾਈ ਰੂਬੀ ਭਾਈ ਇਹ ਵੀ ਐਡਜਸਟੇਬਲ ਹੁੰਦਾ ਅੱਗੇ ਪਿੱਛੇ ਹੋ ਜਾਂਦਾ ਨਹੀਂ ਭਾਜੀ ਇਹ ਨਹੀਂ ਆ ਉਹ ਨਾਮ ਕੀ ਕਹਿੰਦੇ ਇੱਧਰ ਵਾਲਾ ਕਿਉਂਕਿ ਇਹਦੇ ਤੇ ਤਾਂ ਐਕਚੁਅਲ ਚ ਬੇਸਿਕਲੀ ਉਹਨੂੰ ਅੱਗੇ ਪਿੱਛੇ ਦੇਣ ਦਾ ਰੀਜ਼ਨ ਤਾਂ ਦਿੱਤਾ ਗਿਆ ਹੁਣ ਜਿੱਦਾਂ ਆਪਾਂ ਇੱਥੇ ਬੈਠੇ ਆ ਉਹ ਲਾਗੇ ਪਿੱਛੇ ਹੋ ਜਾਂਦਾ ਹਾਂਜੀ ਆਪਾਂ ਈਜ਼ੀ ਆ ਗਾਇਸ ਇਹ ਵਾਲਾ ਜਿਹੜਾ ਹੈਗਾ ਇਹ ਵਾਲਾ ਲੌਗ ਫਿਕਸ ਹੈਗਾ ਤੇ ਉਹ ਅੱਗੇ ਪਿੱਛੇ ਕਰ ਸਕਦੇ ਆ ਆਪਾਂ ਆ ਦੇਖੋ ਜਿੱਦਾਂ ਹੁਣ ਭਾਜੀ ਬੈਠੇ ਨੇ ਭਾਜੀ ਇੱਕ ਵਾਰੀ ਥੱਲੇ ਕਰਕੇ ਹੱਥ ਰੱਖੋ ਜਰਾ ਉੱਤੇ ਤੇ ਦੱਸੋ ਹਾਂਜੀ ਤੁਸੀਂ ਥੱਲੇ ਕਰੋ ਇਹਨੂੰ ਪੂਰਾ ਕਿਹਨੂੰ ਬੰਦ ਕਰਿਓ ਨਾ ਓਕੇ ਤੇ ਗਾਇਸ ਦੇਖ ਸਕਦੇ ਹੋ ਤੁਸੀਂ ਉਹਦਾ ਵੀ ਵਰਕਿੰਗ ਪੂਰਾ ਮਤਲਬ ਨਾ ਇੱਕ ਚੀਜ਼ ਇਹਦੇ ਤੇ ਹੱਥ ਰੱਖੋ ਉੱਤੇ ਬੈਠ ਕੇ ਰਾਂ ਤੁਹਾਨੂੰ ਥੋੜਾ ਕੰਫਰਟੇਬਲ ਲੱਗੇਗਾ ਸਿੱਧੇ ਬੈਠੋ ਭਾਈ ਕੰਫਰਟੇਬਲ ਹਾਂ ਬਿਲਕੁਲ ਬੈਠਣ ਦੇ ਵਿੱਚ ਤਾਂ ਸੀਟਸ ਮੈਂ ਆਂਦਿਆ ਸਾਰੀ ਜੋ ਤੁਸੀਂ ਬਾਹਰੋਂ ਸ਼ੂਟ ਕਰ ਰਹੇ ਸੀਗੇ ਤੇ ਮੈਂ ਅੰਦਰ ਬੈਠ ਕੇ ਤੇ ਉਹਦੀ ਕੰਫਰਟੇਬਿਲਟੀ ਦਾ ਨਜ਼ਾਰਾ ਤੇ ਆਪਾਂ ਹੱਥ ਰੱਖਦੇ ਨਾ ਭਾਜੀ ਹੱਥ ਰੱਖ ਕੇ ਆਪਾਂ ਨੂੰ ਥੋੜਾ ਜਿਹਾ ਹੁੰਦਾ ਫਿਰ ਅਸੀਂ ਇਹਦੇ 'ਚ ਆਪਾਂ ਇੱਕ ਫੀਚਰ ਇਹ ਦਿੱਤਾ ਹੈ ਕਿ ਜਿੰਨਾ ਹੁਣ ਤੁਸੀਂ ਅੱਛਾ ਓਕੇ ਫਿਲਹਾਲ ਵੀਡੀਓ ਦੇ ਵਿੱਚ ਕੋਈ ਮਤਲਬ ਆਪਣੇ ਜਿਆਦਾ ਫੀਲਿੰਗਸ ਨੂੰ ਨਹੀਂ ਐਕਸਪ੍ਰੈਸ ਕਰ ਸਕਦਾ ਹੈਗਾ
ਬਟ ਆਫਟਰ ਵੀਡੀਓ ਆਪਾਂ ਜ਼ਰੂਰ ਇਹਦਾ ਮਤਲਬ ਇੱਕ ਇੰਜੋਏ ਕਰਦੇ ਆਏ ਨਹੀਂ ਤੇ ਇੱਧਰ ਹੁਣ ਪਹਿਲੇ ਆਪਾਂ ਸੁਣਾ ਲੱਗੇ ਤੁਹਾਨੂੰ ਕਨੈਕਟ ਕਰਨ ਲੱਗੇ ਭਾਜੀ ਤੇ ਤੁਹਾਨੂੰ ਸੁਣਾਉਂਦੇ ਹਾਂ ਪਹਿਲੇ ਇਹਦਾ ਮਿਊਜ਼ਿਕ ਕਿੱਦਾਂ ਦਾ ਐਨ ਸੀ ਐਸ ਏ ਮੀਨ ਨਾਲ ਤੁਹਾਨੂੰ ਸੁਣਾ ਕੇ ਮਜ਼ੇਦਾਰ ਸਾਊਂਡ ਸੁਣਾਉਂਦੇ ਹਾਂ ਬਿਲਕੁਲ ਜੀ ਬਿਲਕੁਲ ਤੇ ਉਸ ਤੋਂ ਬਾਅਦ ਇਹਦੇ ਵਿੱਚ ਜਿਹੜੀ ਆਪਾਂ ਪਿਕਸ ਲਵਾਂਗੇ ਨਾ ਆਪਣੀਆਂ ਆਪਣੀਆਂ ਤੁਹਾਨੂੰ ਮੋਡੀਫਾਈਡ ਕਲੱਬ ਦੇ ਇੰਸਟਾਗ੍ਰਾਮ ਆਈ ਡੀ 'ਤੇ ਮਿਲ ਜਾਏਗੀ ਮੋਡੀਫਾਈਡ ਅੰਡਰਸਕੋਰ ਕਲੱਬ 2020 ਦੇ ਬਿਲਕੁਲ ਜੀ ਤੁਹਾਡਾ ਮੇਰਾ ਰੂਬੀ ਬ੍ਰਾਈਟ ਕਲਰ ਭਾਜੀ ਰੂਬੀ ਬ੍ਰਾਈਟ ਕਲਰ ਜਾ ਕੇ ਤੁਸੀਂ ਉੱਧਰ ਉਹਨਾਂ ਨੂੰ ਵੀ ਫੋਲੋ ਕਰ ਸਕਦੇ ਹੋ ਕਿਉਂਕਿ ਤੁਹਾਨੂੰ ਯਾਰ ਹਰ ਚੀਜ਼ ਦੀ ਨੌਲੇਜ ਮਿਲਦੀ ਰਹੇਗੀ ਕੀ ਨਵਾਂ ਅਪਡੇਟ ਆ ਰਿਹਾ ਬਿਲਕੁਲ ਬਿਲਕੁਲ ਇਹ ਭਾਜੀ ਨਾ ਰਾਜੇ ਨੇ ਮਤਲਬ ਇਸ ਮਾਮਲੇ 'ਚ ਕਿ ਇਹਨਾਂ ਕੋਲ ਮਰਸਡੀਜ਼ ਦੇ ਖਿਲਾੜੀ ਨੇ ਉਸ ਤੋਂ ਬਾਅਦ ਹਰ ਗੱਡੀ ਦੇ ਮਤਲਬ ਖਿਲਾੜੀ ਨੇ ਅਤੇ ਨਾ ਮਤਲਬ ਤੁਸੀਂ ਕਬਾੜ ਲਿਆਓਗੇ ਨਾ ਉਹ 'ਚ ਇਹੋ ਜਿਹਾ ਜਾਨ ਪਾ ਕੇ ਭੇਜਣਗੇ ਤੁਸੀਂ ਸੋਚ ਨਹੀਂ ਸਕਦੇ ਤੁਸੀਂ ਜਿਹੜੀ ਇਹ ਗੱਡੀ ਦੀ ਤੁਹਾਨੂੰ ਇਹ ਮਤਲਬ ਰੋ ਪਹਿਲੀ ਇਹਦੀ ਪਿਕ ਦਿਖਾਵਾਂਗੇ ਨਾ ਤੁਸੀਂ ਇਮੇਜਿਨ ਹੀ ਨਹੀਂ ਕਰ ਸਕਦੇ ਕਿ ਮਤਲਬ ਸੋਰੀ ਤੁਹਾਨੂੰ ਮੈਂ ਕੱਟ ਰਿਹਾ ਰੋ ਨਾ ਆਪਾਂ ਦਿਖਾਣੀ ਐਂਡ 'ਚ ਐਂਡ 'ਚ ਓਕੇ ਓਕੇ ਰਾਜ਼ ਬਣਿਆ ਰਿਹਾ ਬਿਲਕੁਲ ਬਿਲਕੁਲ ਇੱਕਦਮ ਬੰਦਾ ਥੋੜਾ ਜਿਹਾ ਹੋ ਜਾਂਦਾ ਤੇ ਇਹ ਸੀਗਾ ਤੇ ਭਾਈ ਜਦ ਤੱਕ ਕਨੈਕਟ ਕਰ ਰਿਹਾ ਵੇਟ ਕਰੋ ਹਰਮਨ ਭਾਈ ਕੋਲੇ ਪਹਿਲੇ ਪੁੱਛ ਲੈਂਦੇ ਆ ਸਾਊਂਡ ਕਿੱਦਾਂ ਲੱਗਾ ਬਿਲਕੁਲ ਔਸਮ ਤੁਸੀਂ ਨਾਰਮਲੀ ਤੁਹਾਨੂੰ ਐਦਾਂ ਫੀਲ ਹੋਊਗਾ ਕਿ ਜਿਵੇਂ ਤੁਸੀਂ ਥੀਏਟਰ ਦੇ ਵਿੱਚ ਬੈਠੇ ਹੈਗੇ ਹੋ ਤੇ ਮਤਲਬ ਜਿੱਦਾਂ ਬਲੈਕ ਬਲੈਕ ਪੋਸ਼ਨ ਲਾਈਟਾਂ ਵੀ ਜਿੱਦਾਂ ਦੀਆਂ ਬਿਲਕੁਲ ਮਤਲਬ ਨਾ ਮੈਂ ਐਕਸਪ੍ਰੈਸ ਹੀ ਨਹੀਂ ਕਰ ਸਕਦਾ ਹੈਗਾ ਕਿ ਮਤਲਬ ਇੰਨੀ ਵਧੀਆ ਚੀਜ਼ ਇੰਨੀ ਡਿਫਰੈਂਟ ਅਤੇ ਯੂਨੀਕ ਚੀਜ਼ ਹੈ ਨਾ ਮੈਂ ਕਦੀ ਅੱਜ ਤੱਕ ਨਹੀਂ ਦੇਖੀਗੀ ਅਤੇ ਰੂਬੀ ਭਾਜੀ ਦਾ ਕੰਮ ਜਿਹੜਾ ਨਾ ਨਿਹਾਇਤ ਹੀ ਕਾਬਿਲੇ ਤਾਰੀਫ ਹੈਗੀ ਹੈ ਕਿ ਉਹਨਾਂ ਨੇ ਕਿਸੇ ਚੀਜ਼ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਕੀਤਾ ਹੈਗਾ ਤੇ ਗਾਇਜ਼ ਇਹ ਸੀਗੀ ਇਨਫੋਰਮੇਸ਼ਨ ਤੇ ਬਾਕੀ ਹੋਊਗੀ ਭਾਈ ਤੇ ਤੁਸੀਂ ਵੇਖ ਸਕਦੇ ਯਾਰ ਸੱਚੀ ਵੀ ਸਾਊਂਡ ਬਹੁਤ ਸੋਹਣਾ ਲੱਗਾ ਤੇ ਤੁਸੀਂ ਕਮੈਂਟ ਕਰਕੇ ਦੱਸਣਾ ਤੁਹਾਨੂੰ ਕਿੱਦਾਂ ਲੱਗਾ ਪੰਜਾਬੀ ਵਰਜ਼ਨ ਲਈ ਆਪਾਂ ਕਿੱਥੇ ਜਾਵਾਂਗੇ ਇੰਸਟਾਗ੍ਰਾਮ ਚੈਨਲ ਤੇ ਮੋਡੀਫਾਈਡ ਅੰਡਰਸਕੋਰ ਕਲੱਬ 2020 ਤੇ ਤੇ ਗਾਇਜ਼ ਇੱਥੇ ਜਾ ਕੇ ਆਪਾਂ ਫੋਲੋ ਕੈਮਰੇ ਤੇ ਫਰੰਟ ਬੈਕ ਕੈਮਰੇ ਸਾਰਾ ਕੁਝ ਇੱਥੋਂ ਵਰਕ ਕਰਦਾ ਹੈਗਾ ਤੇ ਪਲੀਜ਼ ਕਮੈਂਟ ਕਰਕੇ ਦੱਸਣਾ ਕਿੱਦਾਂ ਲੱਗਾ ਬਾਕੀ ਇੱਥੇ ਤੁਹਾਨੂੰ ਆਪਾਂ ਦਿਖਾਉਂਦੇ ਹਾਂ ਤੁਸੀਂ ਖਾ ਪੀ ਰਹੇ ਹੋ ਮਤਲਬ ਖਾਂਦੇ ਇੰਜੋਏ ਕਰਦੇ ਜਾ ਰਹੇ ਹੋ ਕਿੱਥੇ ਤੁਹਾਨੂੰ ਇਹ ਫੂਡ ਟ੍ਰੇ ਵੀ ਇੱਕ ਮਿਲ ਸਕਦੀ ਹੈਗੀ ਇਹਦੇ ਵਿੱਚ ਆਪਸ਼ਨ ਕਿ ਤੁਸੀਂ ਇੱਥੇ ਰੱਖ ਕੇ ਇੰਜੋਏ ਕਰਦੇ ਜਾਂਦੇ ਹੋ ਤੁਸੀਂ ਗਲਾਸ ਵੀ ਰੱਖ ਸਕਦੇ ਹੋ ਜੋ ਮਰਜ਼ੀ ਰੱਖ ਸਕਦੇ ਹੋ ਤੇ ਇਹ ਸੀਗੀ ਛੋਟੀ ਜਿਹੀ ਇੱਕ ਹੋਰ ਇਨਫੋਰਮੇਸ਼ਨ ਵਧੀਆ ਵਾਲੀ ਤੇ ਯਾਰ ਗੱਡੀ ਸੱਚੀ ਵਿੱਚ ਬਹੁਤ ਪਿਆਰੀ ਹੈ ਪਲੀਜ਼ ਕਮੈਂਟ ਕਰਕੇ ਦੱਸਣਾ ਤੁਹਾਨੂੰ ਕਿੱਦਾਂ ਦੀ ਲੱਗੀ ਹੈ ਤੇ ਰੂਬੀ ਭਾਈ ਆਪਣਾ ਐਡਰੈਸ ਕੀ ਪੈਂਦਾ ਹੈਗਾ ਆਪਣਾ ਭਾਜੀ ਚੁਗਿੱਟੀ ਚੌਂਕ ਹੈ ਜੀ ਜੇ ਸੀ ਰਿਸੋਰਟ ਦੇ ਬਿਲਕੁਲ ਓਪੋਜ਼ਿਟ ਸਾਈਡ ਵਾਲੀ ਸਰਵਿਸ ਲੇਨ ਜਾਂਦੀ ਹੈ ਉਸੀ ਸਰਵਿਸ ਲੇਨ 'ਤੇ ਤੁਸੀਂ ਇੱਕਦਮ ਮੈਂਟ ਤੱਕ ਆਉਣਾ ਜਿੱਥੇ ਰੋਡ ਖਤਮ ਹੋ ਜਾਂਦੀ ਉੱਥੇ ਹੀ ਆਪਣਾ ਗੈਰੇਜ ਹੈ ਤੇ ਇਹ ਸੀਗੀ ਛੋਟੀ ਜਿਹੀ ਇਨਫੋਰਮੇਸ਼ਨ ਇਸ ਚੀਜ਼ ਦੀ ਤੇ ਯਾਰ ਪਲੀਜ਼ ਕਮੈਂਟ ਕਰਕੇ ਦੱਸਣਾ ਭਾਈ ਆਪਣਾ ਫੋਨ ਨੰਬਰ ਵੀ ਹਾਂਜੀ 9876767648 ਤੇ ਗਾਇਜ਼ ਕਮੈਂਟ ਕਰਕੇ ਦੱਸਣਾ ਕਿੱਦਾਂ ਦੀ ਗੱਡੀ ਲੱਗੀ ਤੇ ਕਿੱਦਾਂ ਦਾ ਤੁਹਾਨੂੰ ਇਹ ਮਤਲਬ ਕੀ ਰਿਐਕਸ਼ਨ ਮਿਲਿਆ ਤੁਹਾਨੂੰ ਵੇਖ ਕੇ ਸਾਨੂੰ ਤਾਂ ਬਹੁਤ ਮਜ਼ਾ ਆ ਰਿਹਾ ਇਹਦੇ ਵਿੱਚ ਬਹਿ ਕੇ ਯਾਰ ਤੇ ਹਰਮਨ ਭਾਈ ਜਿਹੜਾ ਬਾਹਰ ਗਏ ਨੇ ਤੁਸੀਂ ਵੇਖ ਸਕਦੇ ਪਿੱਛੇ ਤੇ ਫੋਨ ਆਇਆ ਹੋਇਆ ਤੇ ਯਾਰ ਮਿਲਦੇ ਆਪਾਂ ਇਹੋ ਜਿਹੀਆਂ ਹੋਰ ਮਜ਼ੇਦਾਰ ਵੀਡੀਓਜ਼ ਲੈ ਕੇ ਥੈਂਕ ਯੂ ਫੋਰ ਵਾਚਿੰਗ ਤੇ ਭਾਅ ਜੀ ਨੂੰ ਕੰਟੈਕਟ ਕਰਿਆ ਹੋ ਜਾਂ ਕਿਸੇ ਕੁਝ ਯੂਨੀਕ ਕਨਸੈਪਟ ਤਿਆਰ ਕਰਾਉਣਾ ਹੋਵੇ ਜਾਂ ਕੋਈ ਵੀ ਗੱਡੀ ਹੋਰ ਕੰਮ ਕਰਾਉਣਾ ਹੋਏ ਹਨਾ ਭਾਅ ਜੀ ਬਿਲਕੁਲ ਭਾਅ ਜੀ ਸਾਰੇ ਕੰਮ ਕਰੀਦੇ ਹੈਗੇ ਏ ਟੂ ਜੈਡ ਪੇਂਟ ਵਰਕ ਤੋਂ ਲੈ ਕੇ ਸਾਊਂਡ ਸਿਸਟਮ ਸਭ ਕੁਝ ਏ ਟੂ ਜੈਡ ਅਪਡੇਟ ਕਰੀਦਾ ਹੈਗਾ ਯੂਨੀਕ ਕੰਮ 'ਚ ਬਿਲਕੁਲ ਤੇ ਇਹੋ ਜਿਹੀ ਵੀਡੀਓ ਲੈ ਕੇ ਮਿਲਦੇ ਹਾਂ ਥੈਂਕ ਯੂ ਫੋਰ ਵਾਚਿੰਗ